ਕੈਂਸਰ ਦੀ ਅਲਾਮਤਾਂ ਨੂੰ ਜਾਣ ਕੇ ਲੋਕਾਂ ਨੂੰ ਛੇਤੀ ਤੋਂ ਛੇਤੀ ਤਸ਼ਖੀਸ ਕਰਾਉਣ ਵਿੱਚ ਮਦਦ ਮਿਲ ਸਕਦੀ ਹੈ। ਤੇ ਜ਼ਿਆਦਾਤਰ ਕੈਂਸਰ ਦੇ ਮਾਮਲਿਆਂ ਵਿੱਚ ਜੇ ਕੈਂਸਰ ਦਾ ਛੇਤੀ ਪਤਾ ਚੱਲ ਜਾਵੇ ਤੇ ਇਲਾਜ ਦੇ ਵੱਧਦੇ ਮੌਸਰ ਹੋਣ ਦਾ ਇਮਕਾਨ ਹੈ। ਕੈਂਸਰ ਦੀ ਵੱਖਰੀ ਕਿਸਮਾਂ ਦੀ ਵੱਖਰੀ ਨਿਸ਼ਾਨੀਆਂ ਤੇ ਅਲਾਮਤਾਂ ਹੁੰਦੀਆਂ ਨੇ। ਨਿਸ਼ਾਨੀਆਂ ਤੇ ਅਲਾਮਤਾਂ ਹਰ ਇੱਕ ਬੰਦੇ ਦੇ ਲਿਹਾਜ਼ ਨਾਲ ਵੱਖਰੀਆਂ ਹੋ ਸਕਦੀਆਂ ਨੇ, ਭਾਵੇਂ ਉਹ ਇੱਕੋ ਹੀ ਕਿਸਮ ਦੇ ਕੈਂਸਰ ਦਾ ਸ਼ਿਕਾਰ ਹੋਣ। ਇੱਕ ਇਲਾਮਤ ਹੋਣ ਦਾ ਮਤਲਬ ਹੈ ਕਿ ਤੁਸੀਂ ਮਹਿਸੂਸ ਕਰੋ ਜਾਂ ਜਿਵੇਂ ਕਿ ਤੁਹਾਡਾ ਜਿਸਮ ਕੰਮ ਕਰਦਾ ਹੈ ਉਸ ਵਿੱਚ ਤਬਦੀਲੀ ਆਣਾ ਹੈ। ਜੇ ਤੁਹਾਨੂੰ ਕੋਈ ਅਲਾਮਤਾਂ ਲਾਹਕ ਹੋਣ ਤੇ ਗੌਰ ਕਰਨ ਲਈ ਤਿੰਨ ਅਹਿਮ ਗੱਲਾਂ ਨੇ। ਪਹਿਲੀ, ਕੀ ਅਲਾਮਤ ਗੈਰ ਮਾਮੂਲੀ ਨੇ? ਇਹਦਾ ਮਤਲਬ ਹੈ ਕਿ ਆਪਣੇ ਜਿਸਮ ਵਿੱਚ ਇਹੋ ਜਿਹੀ ਤਬਦੀਲੀ ਵੇਖੋ ਜਿਹੜੀ ਤੁਹਾਡੇ ਲਈ ਨਾਰਮਲ ਨਹੀਂ ਹੈ। ਸ਼ਾਇਦ ਤੁਹਾਡੀ ਜਿਲਦ ਉੱਤੇ ਮੌਜੂਦ ਇੱਕ ਤਿਲ ਜਾਂ ਮਸਾ ਬਦਲ ਗਿਆ ਹੋਵੇ, ਤੁਹਾਡੇ ਜਿਸਮ ਉੱਤੇ ਇੱਕ ਨਵਾਂ ਉਭਾਰ ਜਾਂ ਗਿਲਟੀ ਨਿਕਲ ਆਈ ਹੋਵੇ, ਜਾਂ ਤੁਹਾਨੂੰ ਆਪਣੇ ਮੂਤਰ ਜਾਂ ਪਖਾਨੇ ਵਿੱਚ ਖੂਨ ਦਿਸਦਾ ਹੋਵੇ। ਦੂਜੀ, ਕੀ ਇਲਾਮਤ ਜਾਰੀ ਰਹਿੰਦੀ ਏ? ਇਹਦਾ ਮਤਲਬ ਹੈ ਕਿ ਇੱਕ ਇਹੋ ਜਿਹੀ ਇਲਾਮਤ ਜਿਹੜੀ ਚੰਦ ਹਫ਼ਤਿਆਂ ਤੋਂ ਵੱਧ ਵੇਲੇ ਤੱਕ ਬਰਕਰਾਰ ਜਾਂ ਮੌਜੂਦ ਰਹਿੰਦੀ ਏ, ਜਾਂ ਇਹੋ ਜਿਹੀ ਇਲਾਮਤ ਹੋ ਸਕਦੀ ਏ ਜਿਹੜੀ ਬਾਰ-ਬਾਰ ਹੁੰਦੀ ਰਹਿੰਦੀ ਏ, ਜਿਵੇਂ ਕਿ ਪਾਣੀ ਵਰਗਾ ਪਤਲਾ ਪਖਾਨਾ ਆਣਾ। ਤੀਜੀ, ਕੀ ਇਲਾਮਤ ਗੈਰ ਵਾਜ਼ਿਹ ਏ? ਇਹ ਇੱਕ ਇਹੋ ਜਿਹੀ ਇਲਾਮਤ ਹੈ ਜਿਸ ਦਾ ਕੋਈ ਵਾਜ਼ਿਹ ਜਾਂ ਸਾਫ਼ ਕਾਰਨ ਨਹੀਂ ਏ। ਮਿਸਾਲ ਦੇ ਤੌਰ ਤੇ ਤੁਹਾਨੂੰ ਬਿਨਾਂ ਕਿਸੇ ਕਾਰਨ ਬਹੁਤੀ ਵੱਧ ਥਕਾਵਟ ਮਹਿਸੂਸ ਹੋ ਸਕਦੀ ਏ, ਜਾਂ ਬਹੁਤੀ ਤੇਜ਼ੀ ਨਾਲ ਤੁਹਾਡਾ ਵਜ਼ਨ ਘਟ ਰਿਹਾ ਹੋਵੇ। ਕਦੇ ਕਦਾਰ ਆਪਣੇ ਮੁਕਾਮੀ ਡਾਕਟਰ ਜਾਂ GP ਕੋਲ ਮੁਲਾਕਾਤ ਦਾ ਵੇਲਾ ਬੁੱਕ ਕਰਵਾਉਣਾ ਔਖਾ ਹੋ ਸਕਦਾ ਹੈ, ਪਰ ਜਦੋਂ ਤਾਈਂ ਤੁਹਾਡੀ ਗੱਲਬਾਤ ਨਾ ਹੋ ਜਾਵੇ ਕੋਸ਼ਿਸ਼ ਕਰਨਾ ਜਾਰੀ ਰੱਖੋ। ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਫਿਕਰ ਤੇ ਪਰੇਸ਼ਾਨੀ ਹੈ ਕਿ ਕੀ ਇਹ ਕੈਂਸਰ ਦੀ ਇਲਾਮਤਾਂ ਹੋ ਸਕਦੀਆਂ ਨੇ, ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੰਬੀ ਵੇਲੇ ਵਾਲੀ ਮੁਲਾਕਾਤ ਕਰਨ ਦੀ ਜ਼ਰੂਰਤ ਹੈ ਤੇ ਤੁਸੀਂ ਇਹਦਾ ਵੀ ਪੁੱਛ ਸਕਦੇ ਹੋ। ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਦੇ ਹੋ, ਇਸਤਕਬਾਲੀਆ ਤੇ ਮੌਜੂਦ ਫਰਦ ਨੂੰ ਦੱਸੋ ਕਿ ਕੀ ਤੁਹਾਨੂੰ ਇਜ਼ਾਫੀ ਜ਼ਰੂਰਤ ਵੀ ਹੈ, ਜਿਵੇਂ ਕਿ ਇੱਕ ਤਰਜਮਾਨ ਦੀ। ਅਲਾਮਤਾਂ ਦੀ ਜਾਂਚ ਕਰਾਉਣਾ ਜ਼ਰੂਰੀ ਹੈ, ਭਾਵੇਂ ਤੁਹਾਨੂੰ ਇੰਜ ਕਰਾਉਣਾ ਸ਼ਰਮ ਵਾਲੀ ਗੱਲ ਮਹਿਸੂਸ ਹੋਵੇ। ਜੇ ਤੁਸੀਂ ਚਾਹੁੰਦੇ ਹੋ ਤੇ ਮਦਦ ਲਈ ਕਿਸੇ ਦੂਜੇ ਬੰਦੇ ਨੂੰ ਆਪਣੇ ਨਾਲ ਲਿਜਾਣ ਵਿੱਚ ਕੋਈ ਹਰਜ ਨਹੀਂ ਹੈ। ਤੁਸੀਂ ਆਪਣੀ ਅਲਾਮਤਾਂ ਦੀ ਜਾਂਚ ਕਰਵਾ ਕੇ ਆਪਣੇ GP ਦਾ ਵਕਤ ਜ਼ਾਇਆ ਨਹੀਂ ਕਰ ਰਹੇ ਹੋ, ਭਾਵੇਂ ਤੁਹਾਨੂੰ ਦੂਜੀ ਵਾਰੀ ਫਿਰ ਵਾਪਸ ਜਾਣਾ ਪਵੇ। ਜ਼ਿਆਦਾਤਰ ਅਲਾਮਤਾਂ ਇਹੋ ਜਿਹੀ ਸ਼ੈਵਾਂ ਦੇ ਕਾਰਨ ਹੋ ਸਕਦੀਆਂ ਨੇ ਜਿਹੜੀ ਕੈਂਸਰ ਨਹੀਂ ਹੋਣਗੀ, ਪਰ ਜੇ ਤੁਹਾਨੂੰ ਕੋਈ ਇਹੋ ਜਿਹੀ ਅਲਾਮਤਾਂ ਲਾਹਕ ਹੋਣ ਜਿਹੜੀ ਤੁਹਾਡੇ ਲਈ ਨਵੀਂ ਜਾਂ ਗੈਰ ਮਾਮੂਲੀ ਹੋਣ ਤੇ ਤੁਹਾਨੂੰ ਛੇਤੀ ਤੋਂ ਛੇਤੀ ਆਪਣੇ GP ਨਾਲ ਮੁਲਾਕਾਤ ਕਰਨੀ ਚਾਹੀਦੀ ਏ। ਜੇ ਤੁਸੀਂ ਆਪਣੇ GP ਨੂੰ ਵੇਖਣ ਦੇ ਬਾਅਦ ਵੀ ਫਿਕਰਮੰਦੀ ਦਾ ਸ਼ਿਕਾਰ ਹੋ ਤੇ ਤੁਸੀਂ ਦੂਜੀ ਮੁਲਾਕਾਤ ਦਾ ਕਹਿ ਸਕਦੇ ਹੋ। ਯਾਦ ਰੱਖੋ, ਜੇ ਤੁਹਾਨੂੰ ਕੋਈ ਇਹੋ ਜਿਹੀ ਅਲਾਮਤਾਂ ਲਾਹਕ ਹੋਣ ਜਿਹੜੀ ਗੈਰ ਮਾਮੂਲੀ, ਜਾਰੀ ਜਾਂ ਗੈਰ ਵਾਜ਼ਿਹ ਨੇ ਤੇ ਆਪਣੇ GP ਨਾਲ ਗੱਲਬਾਤ ਕਰੋ। ਮੈਕਮਿਲਨ ਵਿੱਚ ਅਸੀਂ ਕੈਂਸਰ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਜੋ ਕੁਝ ਵੀ ਹੋ ਸਕਦਾ ਹੈ ਉਹ ਸਭ ਕਰਦੇ ਹਾਂ। ਜੇ ਤੁਹਾਨੂੰ ਆਪਣੀ ਬੋਲੀ ਵਿੱਚ ਜਾਂ ਕਿਸੇ ਦੂਜੇ ਫਾਰਮੈਟ ਵਿੱਚ ਕੋਈ ਜਾਣਕਾਰੀ ਮਤਲੂਬ ਹੈ ਤੇ ਸਾਡੇ ਨਾਲ ਗੱਲ ਕਰੋ। ਜਾਣਕਾਰੀ, ਮੁਆਵਨਤ ਜਾਂ ਕਿਸੇ ਨਾਲ ਗੱਲਬਾਤ ਕਰਨ ਲਈ 0808808000 ਉੱਤੇ ਕਾਲ ਕਰੋ ਜਾਂ macmillan.org.uk ਵੇਖੋ।